ਸੜਕ ਹਾਦਸੇ ਦੇ ਵਿੱਚ ਤਿੰਨ ਜਿਗਰੀ ਦੋਸਤਾਂ ਦੀ ਜਾਨ ਚਲੀ ਗਈ ਹੈ। ਦੱਸ ਦਈਏ ਕਿ ਆਪਣੀ ਹੀ ਇੱਕ ਦੋਸਤ ਦੀ ਭੈਣ ਦੇ ਵਿਆਹ ਦੇ ਵਿੱਚ ਜਾਣ ਦੇ ਲਈ ਇਹ ਤਿੰਨੋਂ ਹੀ ਦੋਸਤ ਤਿਆਰੀ ਕਰ ਰਹੇ ਸੀ, ਕੱਪੜੇ ਖਰੀਦਣ ਦੇ ਲਈ ਗਏ ਹੋਏ ਸੀ ਅਤੇ ਰਸਤੇ ਦੇ ਵਿੱਚ ਜਿਸ ਦੀ ਭੈਣ ਦਾ ਵਿਆਹ ਸੀ ਉਹ ਮੁੰਡਾ ਵੀ ਉੱਥੇ ਪਹੁੰਚਦਾ ਅਤੇ ਢਾਬੇ ਦੇ ਉੱਤੇ ਇਹ ਪੰਜ ਜਣੇ ਇਕੱਠੇ ਹੋ ਕੇ ਪਹਿਲਾਂ ਤਾਂ ਖਾਣਾ ਖਾਂਦੇ ਨੇ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਤਿੰਨ ਦੋਸਤ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਜਦੋਂ ਵਾਪਸੀ ਕਰ ਰਹੇ ਹੁੰਦੇ ਨੇ ਘਰ ਦੇ ਲਈ ਤਾਂ ਰਾਹ ਦੇ ਵਿੱਚ ਕਿਹਾ ਜਾ ਰਿਹਾ ਕਿ ਇਹਨਾਂ ਦੀ ਗੱਡੀ ਬੇਕਾਬੂ ਹੋ ਕੇ ਜਾ ਕੇ ਸਿੱਧਾ ਹੀ ਦਰਖਤ ਦੇ ਨਾਲ ਟਕਰਾ ਜਾਂਦੀ ਹੈ, ਜਿਸ ਤੋਂ ਬਾਅਦ ਕਈ ਪਲਟੀਆਂ ਖਾਂਦੀ ਹੋਈ ਖੇਤਾਂ ਦੇ ਵਿੱਚ ਜਾ ਡਿੱਗਦੀ ਹੈ। ਹਾਲਾਂਕਿ ਮੌਕੇ ਦੇ ਉੱਤੇ ਰਾਹਗੀਰ ਇਕੱਠੇ ਹੁੰਦੇ ਨੇ ਅਤੇ ਜਦੋਂ ਇਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਕਾਰ ਜੋ ਹੈ ਸਾਰੇ ਪਾਸੇ ਤੋਂ ਇਕੱਠੀ ਹੋ ਜਾਂਦੀ ਹੈ, ਜਿਸ ਦੇ ਕਾਰਨ ਕਾਰ ਦੀ ਛੱਤ ਨੂੰ ਕੱਟ ਕੇ ਇਹਨਾਂ ਤਿੰਨਾਂ ਨੂੰ ਬਾਹਰ ਕੱਢਿਆ ਜਾਂਦਾ ਅਤੇ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਤਿੰਨਾਂ ਨੂੰ ਹੀ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਤਾਂ ਦੱਸ ਦਈਏ ਕਿ ਤਿੰਨ ਜਿਗਰੀ ਦੋਸਤਾਂ ਦੀ ਇਕੱਠੇ ਹੀ ਜਾਨ ਚਲੀ ਗਈ ਹੈ। ਅੱਗੇ ਆਪਣੇ ਇੱਕ ਦੋਸਤ ਦੀ ਭੈਣ ਦੇ ਵਿਆਹ ਦੇ ਵਿੱਚ ਜਾਣ ਦੇ ਲਈ ਇਹਨਾਂ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਸੀ। ਰਸਤੇ ਦੇ ਵਿੱਚ ਉਸ ਦੋਸਤ ਨੂੰ ਇਹ ਮਿਲ ਕੇ ਵੀ ਆਏ, ਇਕੱਠੇ ਖਾਣਾ ਖਾਧਾ ਪਰ ਰਾਹ ਦੇ ਵਿੱਚ ਕਿਹਾ ਜਾ ਰਿਹਾ ਕਿ ਭਿਆਨਕ ਹਾਦਸਾ ਵਾਪਰ ਗਿਆ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਖਬਰ ਹਾਂਸੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਤਿੰਨ ਜਿਗਰੀ ਦੋਸਤਾਂ ਦੀ ਇਕੱਠੀ ਹੀ ਜਾਨ ਚਲੀ ਗਈ ਹੈ। ਹਾਲਾਂਕਿ ਤਿੰਨਾਂ ਦੀ ਕਿਹਾ ਜਾ ਰਿਹਾ ਕਿ ਆਪਸ ਦੇ ਵਿੱਚ ਇੰਨੀ ਬਣਦੀ ਸੀ ਕਿ ਤਿੰਨੋਂ ਇੱਕ ਦੂਜੇ ਬਿਨਾਂ ਨਹੀਂ ਸੀ ਰਹਿੰਦੇ ਅਤੇ ਹੁਣ ਤਿੰਨਾਂ ਦੀ ਹੀ ਇਕੱਠੇ ਮੌਤ ਹੋ ਗਈ ਹੈ। ਤਾਂ ਬੇਹੱਦ ਹੀ ਮਦਭਾਗੀ ਖਬਰ ਸਾਹਮਣੇ ਆਈ ਹੈ ਹਰਿਆਣਾ ਦੇ ਹਾਂਸੀ ਤੋਂ, ਜਿੱਥੇ ਕਿ ਤਿੰਨ ਜਿਗਰੀ ਦੋਸਤਾਂ ਦੀ ਸੜਕ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਹੈ। ਫੋਨ ਕੀਆ ਥਾ ਕਿ ਵੀ ਇਸ ਤਰ੍ਹਾਂ ਗੰਗਨਖੇੜੀ ਰੋਡ ਪੇ ਔਰ ਨਾਰਾਨੰਦ ਕੇ ਬੀਚ ਮੇਂ ਕੋਈ ਕਾਰ ਕਾ ਐਕਸੀਡੈਂਟ ਹੋਇਆ ਸੀ ਜਿਸਮੇਂ 3% ਥੇ ਵੋ ਇੰਜਰਡ ਆਏ ਜੀ ਔਰ ਹਮ ਮੌਕਾ ਪੇ ਪਹੁੰਚੇ ਤੋ ਇੰਜਰਡ ਯਹਾਂ ਸੇ ਜਾ ਚੁਕੇ ਸੀ ਕਿਸੀ ਪ੍ਰਾਈਵੇਟ ਗਾਡੀ ਕੀ ਮਦਦ ਸੇ ਔਰ ਉਨਕੇ ਟੈਲੀਫੋਨ ਵਗੈਰਾ ਮਿਲੇ ਹੈ ਕੁਛ ਡਾਕੂਮੈਂਟ ਮਿਲੇ ਰਾਖੀ ਸ਼ਾਹਪੁਰ ਕੇ ਰਹਿਣੇ ਵਾਲੇ ਥੇ ਔਰ ਹਮੇ ਉਨ ਚੌਕੀ ਮੇਂ ਫੋਨ ਕਰ ਦਿਆ ਇਨਫੋਰਮੇਸ਼ਨ ਦੇ ਦੀ ਘਰ ਵਾਲੋਂ ਕੋ ਸੂਚਨਾ ਦੇ ਦੀ ਔਰ ਦੇਖਾ ਤੋ ਯੇ ਗਾਡੀ ਔਰ ਸਪੀਡ ਥੀ ਔਰ ਡਿਸਬੈਲੈਂਸ ਹੋ ਕੇ ਪੇੜ ਮੇਂ ਟਕਰਾ ਗਈ।